ਕੇਸ ਸਾਹਮਣੇ ਆਉਂਦੇ ਨੇ ਕਿ ਕੁੜੀ ਮੁੰਡੇ ਨੇ ਵਿਆਹ ਕਰਵਾਇਆ, ਕੁੜੀ ਨੂੰ ਪੈਸੇ ਲਾ ਕੇ ਵਿਦੇਸ਼ ਦੇ ਵਿੱਚ ਭੇਜਿਆ ਤਾਂ ਉਹਦੇ ਪੈਸੇ ਮਰ ਗਏ, ਕੁੜੀ ਨੇ ਬਾਅਦ 'ਚ ਬੁਲਾਇਆ ਨਹੀਂ, ਇਸ ਤਰ੍ਹਾਂ ਦੇ ਕੇਸ ਬੜੇ ਸਾਹਮਣੇ ਆਉਂਦੇ ਨੇ, ਇਹਨਾਂ ਨੂੰ ਲੈ ਕੇ ਕੀ ਕੁਝ ਕਰ ਰਹੇ? ਸਾਡੇ ਕੋਲ ਬਹੁਤ ਕੇਸ ਹੋ ਜਿਹੜੇ ਤੁਸੀਂ ਦੱਸ, ਮੈਂ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਰ ਆਪਣੇ ਧੀਆਂ ਪੁੱਤਾਂ ਦੇ ਸੌਦੇ ਨਾ ਕਰੋ, ਇਹਨਾਂ ਦੇ ਵਿਆਹ ਕਰੋ। ਧਾਲੀਵਾਲ ਸਾਹਿਬ, ਕਿਵੇਂ ਦੇਖ ਰਹੇ ਹੋ NRI ਮਿਲਣੀਆਂ ਹੋ ਰਹੀਆਂ ਨੇ, ਰਿਸਪੌਂਸ ਕਿਵੇਂ ਆ ਰਿਹਾ? ਅੱਜ ਵੀ 500-600 NRI ਵੀਰ ਆਏ, ਉਹਦਾ 107 ਕੰਪਲੇਂਟ ਜਿਹੜੀਆਂ ਉਹ ਆਈਆਂ, ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆਈਆਂ ਉਹਨਾਂ ਦਾ ਲਗਭਗ ਨਿਪਟਾਰਾ ਕੀਤਾ। ਸਾਰੇ ਜ਼ਿਲ੍ਹਿਆਂ ਦੇ ਅੱਜ ਜਿੱਦਾਂ ਮੋਹਾਲੀ, ਰੋਪੜ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਦੀ ਸੀਗੀ, ਅੱਜ 5 ਜ਼ਿਲ੍ਹਿਆਂ ਦੀ, 5 ਜ਼ਿਲ੍ਹਿਆਂ ਦੇ SSP ਦੇ DC ਪਾਏ ਕਿ ਇਹਨਾਂ ਨੂੰ ਥੱਲੇ ਨਾ ਚੜ੍ਹਨ। ਸਾਹਮਣੇ ਡਿਊਟੀ ਲਾਈ DC ਸਾਹਿਬ ਦੀ, ਸਾਹਮਣੇ ਲਾਈ SSP ਸਾਹਿਬ ਦੀ, ਉਹ ਜਿਹੜਾ ਥੱਲੇ ਮੁੰਸ਼ੀ ਵਾਲਾ ਅਤੇ ਦੂਜਾ ਚੱਕਰ ਹੈ ਨਾ, ਉਹਦੇ 'ਚੋਂ ਆਪਾਂ ਕੱਢ ਰਹੇ ਹਾਂ NRI ਭਰਾਵਾਂ ਨੂੰ। ਅਸੀਂ ਦਿੱਲੀ ਏਅਰਪੋਰਟ ਦੇ ਉੱਤੇ ਜਿਹੜਾ ਪੰਜਾਬ ਹੈਲਥ ਸੈਕਟਰ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ 1 ਮਾਰਚ ਤੋਂ, ਅਰਾਈਵਲ ਵਾਲੇ ਏਰੀਏ ਦੇ ਵਿੱਚ ਮਾਨ ਸਾਹਿਬ ਨੇ ਮਤਲਬ ਜਗ੍ਹਾ ਲੈ ਲਈ, ਉੱਥੇ ਬਕਾਇਦਾ ਸਾਡੇ ਅਫਸਰ ਬਿਆਹ ਕਰਨਗੇ 24 ਘੰਟੇ। ਕੋਈ ਦੁਨੀਆ ਭਰ ਵਿੱਚੋਂ ਆਉਂਦਾ NRI, ਕਿਸੇ ਦਾ ਬੈਗ ਗੁੰਮ ਹੋ ਗਿਆ, ਕਿਸੇ ਦਾ ਟਿਕਟ ਗੁੰਮ ਹੋ ਗਈ, ਪਾਸਪੋਰਟ ਗੁੰਮ ਹੋ ਗਿਆ, ਕੋਈ ਪ੍ਰੋਬਲਮ ਆ ਗਈ, ਕੋਈ ਉਹਨੂੰ ਟੈਕਸੀ ਨਹੀਂ ਆਈ, ਅਤੇ ਅਸੀਂ ਪੰਜਾਬ ਭਵਨ ਦਿੱਲੀ ਦੇ ਵਿੱਚ 2-3 ਕਮਰੇ ਵੀ ਪੱਕੇ NRI ਲਈ ਰੱਖਾਂਗੇ, ਉਹਨਾਂ ਦੇ ਰਹਿਣ ਦਾ ਵੀ ਸੇਵਾ ਹੋ ਜਾਏ। ਕਈ ਵਾਰ ਬੰਦਾ ਦਿੱਲੀ ਆ ਜਾਂਦਾ, ਪਤਾ ਰਹੀਏ ਕਿੱਥੇ ਜੀ, ਉਹ ਵੀ ਪ੍ਰਬੰਧ ਕਰਾਂਗੇ। 2 ਗੱਡੀਆਂ ਉੱਥੇ ਮਾਨ ਸਾਹਿਬ ਕਹਿੰਦੇ ਕਿ ਪੱਕੀਆਂ ਖਿਲਾ ਦਾਂਗੇ, ਜੇ ਕਿਸੇ ਨੂੰ ਪ੍ਰੋਬਲਮ ਆ ਜਾਏ, ਕੋਈ ਗੱਡੀ ਰਸਤੇ 'ਚ ਕਿਸੇ ਦੀ ਐਕਸੀਡੈਂਟ ਹੋ ਗਈ, ਲੈਣ ਗਿਆ ਕੋਈ ਪਹੁੰਚਿਆ, ਮਤਲਬ ਕੋਈ ਵੀ ਪ੍ਰੋਬਲਮ ਏਅਰਪੋਰਟ 'ਤੇ ਆ ਕੇ NRI ਨੂੰ ਆਉਂਦੀ ਆ, ਉਹ ਅਸੀਂ ਹੱਲ ਕਰਾਂਗੇ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਵਿੱਚ NRIs ਮਿਲਣੀਆਂ ਕਰਵਾਈਆਂ ਜਾ ਰਹੀਆਂ ਨੇ। ਅੱਜ ਨਵਾਂਸ਼ਹਿਰ ਦੇ ਵਿੱਚ ਦੂਜੀ NRI ਮਿਲਣੀ ਰੱਖੀ ਗਈ ਸੀਗੀ, ਤਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਸੀਗੇ, ਤਾਂ ਬੜੇ ਸਾਰੇ NRI ਸ਼ਿਕਾਇਤਾਂ ਲੈ ਕੇ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਕਈ ਸ਼ਿਕਾਇਤਾਂ ਦਾ ਜਿਹੜਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ, ਤਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਨੇ। ਧਾਲੀਵਾਲ ਸਾਹਿਬ, ਕਿਵੇਂ ਦੇਖ ਰਹੇ ਹੋ NRI ਮਿਲਣੀਆਂ ਹੋ ਰਹੀਆਂ ਨੇ, ਰਿਸਪੌਂਸ ਕਿਵੇਂ ਆ ਰਿਹਾ? ਬਹੁਤ ਬਹੁਤ ਵਧੀਆ ਰਿਸਪੌਂਸ। ਪਹਿਲੀ NRI ਮਿਲਣੀ 3 ਫਰਵਰੀ ਨੂੰ, ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਠਾਨਕੋਟ ਦੇ ਵਿੱਚ ਉਹਦੀ ਸ਼ੁਰੂਆਤ ਕੀਤੀ ਸੀ। ਉਦਣ ਵੀ ਬਹੁਤ NRI ਆਏ, ਔਰ NRI ਦੀਆਂ ਮੁਸ਼ਕਲਾਂ ਵੀ ਆਈਆਂ, ਸ਼ਿਕਾਇਤਾਂ ਵੀ ਕੀਤੀਆਂ ਲੋਕਾਂ ਨੇ। ਅੱਜ ਨਵੇਂ ਸ਼ਹਿਰ ਦੇ ਵਿੱਚ ਦੂਸਰੀ NRI ਮਿਲਣੀ ਸੀਗੀ, ਅੱਜ ਵੀ 500-600 NRI ਵੀਰ ਆਏ, ਔਰ 107 ਕੰਪਲੇਂਟ ਜਿਹੜੀਆਂ ਉਹ ਆਈਆਂ, ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆਈਆਂ ਉਹਨਾਂ ਦਾ ਲਗਭਗ ਨਿਪਟਾਰਾ ਕੀਤਾ। ਕੁਛ ਇੱਦਾਂ ਦੀਆਂ ਜਿਨ੍ਹਾਂ 'ਤੇ ਥੋੜ੍ਹਾ ਟਾਈਮ ਲੱਗੂਗਾ, ਪਰ ਸਭ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜੇ ਮਸਲੇ ਆ ਉਹ ਅਸੀਂ ਹੱਲ ਕਰਦੇ ਹਾਂ। ਔਰ ਇਹਦੇ ਤੋਂ ਬਾਅਦ ਅਸੀਂ 16 ਤਰੀਕ ਨੂੰ CM ਸਾਹਿਬ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਅਗਲੀ NRI ਮਿਲਣੀ ਕਰ ਰਹੇ, ਆਖਰੀ ਜਿਹੜੀ ਉਹ ਫਿਰੋਜ਼ਪੁਰ ਕਰ ਰਹੇ 22 ਤਰੀਕ। ਪਿਛਲੀ ਵਾਰ ਅਸੀਂ 5 ਕੀਤੀਆਂ ਸੀਗੀਆਂ, ਔਰ 5 NRI ਮਿਲਣੀਆਂ ਦੇ ਵਿੱਚ ਸਾਨੂੰ ਟੋਟਲ ਕੇਸ ਆਏ ਸੀ 605। ਅਸੀਂ 597 ਕੇਸ ਜਿਹੜੇ ਹੱਲ ਕਰਦੇ, ਸਾਡੇ ਥੋੜ੍ਹੇ ਕੇਸ ਰਹਿ ਗਏ ਜਿਹੜੇ ਕੋਟਾ ਦੇ ਵਿੱਚ, ਜਿਹੜੇ NRI ਵੀਰ ਜਿਨ੍ਹਾਂ ਦਾ ਗਿਲਾ ਵੀ ਦੁਰਸਤ ਸੀਗਾ, ਉਹ ਗਿਲਾ ਕਰਦੇ ਰਹੇ ਕਿ ਸਰਕਾਰਾਂ ਸਾਨੂੰ ਪੁੱਛਦੀਆਂ ਨਹੀਂ, ਅਸੀਂ ਸਰਕਾਰਾਂ ਨੂੰ ਮਿਲ ਜਾਂਦੇ ਹਾਂ, ਸਾਨੂੰ DC ਨਹੀਂ ਮਿਲਦਾ ਜੀ, ਸਾਨੂੰ ਫਲਾਣਾ ਨਹੀਂ ਮਿਲਦਾ। ਇਹਨਾਂ NRI ਮਿਲਣੀਆਂ ਦਾ ਇਹੀ ਮਤਲਬ ਹੈ ਕਿ ਕੋਈ ਵੀ ਬੰਦਾ ਦੁਨੀਆ ਭਰ ਵਿੱਚ ਜਿੱਥੇ ਵੀ ਪੰਜਾਬੀ ਬੈਠਾ, ਜੇ ਉਹਦੀ ਕੋਈ ਪ੍ਰੋਬਲਮ ਹੈ ਪੰਜਾਬ ਦੇ, ਉਹ ਆ ਕੇ ਸਾਨੂੰ ਦੱਸੇ, ਘਰ ਵੀ ਆ ਸਕਦਾ, CM ਸਾਹਿਬ ਨੂੰ ਮਿਲ ਸਕਦਾ, ਮੈਂ ਵੀ 24 ਘੰਟੇ ਆ ਜਾਂਦਾ, ਨਹੀਂ ਤਾਂ NRI ਮਿਲਣੀਆਂ ਦੇ ਵਿੱਚ ਆ ਕੇ ਆਪਣਾ ਕੇਸ ਦੱਸੇ, ਹਰ ਇੱਕ ਦਾ ਕੇਸ ਜਿਹੜਾ ਹੱਲ ਕਰਾਂ। ਬਾਕੀ ਕਈ NRI ਜਿਹੜੇ ਸੀਗੇ ਖੁਸ਼ ਵੀ ਨਜ਼ਰ ਆ ਰਹੇ ਸੀਗੇ, ਪਰ ਇੱਕ ਮੰਤਰੀ ਸਾਹਿਬ ਸ਼ਿਕਾਇਤ ਕਰਦੇ ਸੀਗੇ ਕਿ ਲੋਕਲ ਥਾਣਿਆਂ ਦੇ ਵਿੱਚ ਕਹਿੰਦੇ ਸੁਣਵਾਈ ਨਹੀਂ ਹੁੰਦੀ, ਲੰਬਾ ਸਮਾਂ ਜਿਹੜਾ ਪੈਂਡਿੰਗ ਚਲਾ ਜਾਂਦਾ, ਇਹਨੂੰ ਵੀ ਲੈ ਕੇ ਥੋੜ੍ਹਾ ਕੰਮ ਕੀਤਾ ਗਿਆ? ਇਹਨੂੰ ਵੇਖੋ, ਇਹ ਕੀਤਾ ਨਾ ਸਾਰੇ ਜ਼ਿਲ੍ਹਿਆਂ ਦੇ, ਅੱਜ ਜਿੱਦਾਂ ਮੋਹਾਲੀ, ਰੋਪੜ, ਨਵਾਂਸ਼ਹਿਰ,
ਜਲੰਧਰ ਕਪੂਰਥਲਾ ਦੀ ਸੀਗੀ ਅੱਜ ਪੰਜ ਜ਼ਿਲ੍ਹਿਆਂ ਦੀ, ਪੰਜਾਂ ਜ਼ਿਲ੍ਹਿਆਂ ਦੇ SSP ਦੇ DC ਪਾਏ ਕਿ ਇਹਨਾਂ ਨੂੰ ਥੱਲੇ ਨਾ ਚੜ੍ਹਨ, ਸਾਹਮਣੇ ਡਿਊਟੀ ਲਾਈ DC ਸਾਹਿਬ ਦੀ, ਸਾਹਮਣੇ ਲਾਈ SSP ਸਾਹਿਬ ਦੀ। ਉਹ ਜਿਹੜਾ ਥੱਲੇ ਮੁਨਸ਼ੀ ਵਾਲਾ ਅਤੇ ਦੂਜਾ ਚੱਕਰ ਹੈ ਨਾ, ਉਹਦੇ 'ਚੋਂ ਆਪਾਂ ਕੱਢ ਰਹੇ ਹਾਂ NRI ਭਰਾਵਾਂ ਨੂੰ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸੀਨੀਅਰ ਅਫਸਰ ਆ ਉਹ ਇਹਨਾਂ ਦੇ ਮਾਮਲੇ ਸੁਣਨ, ਅਤੇ ਟਾਈਮ ਦੇ ਵਿੱਚ, ਮਾਨ ਸਾਹਿਬ ਨੇ ਇੱਕ ਗੱਲ ਬਹੁਤ ਕਹੀ ਕਿ ਟਾਈਮ ਦੇ ਵਿੱਚ ਜਿਹੜਾ ਜੇ NRI ਕੋਲ 1 ਮਹੀਨੇ ਦੀ ਟਿਕਟ ਹੈ ਤਾਂ ਉਹਦਾ 1 ਮਹੀਨੇ ਦੇ ਵਿੱਚ ਮਾਮਲਾ ਜਿਹੜਾ ਹੱਲ ਹੋਣਾ ਚਾਹੀਦਾ। ਉਹ ਕਹਿੰਦੇ ਜਦੋਂ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਉਹਦੀ ਡੇਟ ਚੈੱਕ ਕਰੋ, ਅਤੇ ਉਹਦਾ 1 ਮਹੀਨੇ ਦੇ ਵਿੱਚ ਜਦੋਂ ਦੀ ਡੇਟ ਉਹ ਮਤਲਬ ਹੱਲ ਕਰੋ। ਇੱਕ CM ਸਾਹਿਬ ਨੇ ਦੁਨੀਆ ਭਰ ਦੇ ਪੰਜਾਬੀਆਂ ਲਈ ਇੱਕ ਬਹੁਤ ਵਧੀਆ ਕੰਮ ਕੀਤਾ, ਮੇਰੇ ਖਿਆਲ ਹਿੰਦੁਸਤਾਨ ਸਿਰਫ ਸਾਡੀ ਸਰਕਾਰ ਆ ਮਾਨ ਸਾਹਿਬ ਦੀ। ਅਸੀਂ ਦਿੱਲੀ ਏਅਰਪੋਰਟ ਦੇ ਉੱਤੇ ਜਿਹੜਾ ਪੰਜਾਬ ਹੈਲਥ ਸੈਂਟਰ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ 1 ਮਾਰਚ ਤੋਂ। ਅਰਾਈਵਲ ਵਾਲੇ ਏਰੀਏ ਦੇ ਵਿੱਚ ਮਾਨ ਸਾਹਿਬ ਨੇ ਮਤਲਬ ਜਗ੍ਹਾ ਲੈ ਲਈ, ਉੱਥੇ ਬਕਾਇਦਾ ਸਾਡੇ ਅਫਸਰ ਬਿਆ ਕਰਨਗੇ 24 ਘੰਟੇ। ਕੋਈ ਦੁਨੀਆ ਭਰ ਵਿੱਚੋਂ ਆਉਂਦਾ NRI, ਕਿਸੇ ਦਾ ਬੈਗ ਗੁੰਮ ਹੋ ਗਿਆ, ਕਿਸੇ ਦਾ ਟਿਕਟ ਗੁੰਮ ਹੋ ਗਈ, ਪਾਸਪੋਰਟ ਗੁੰਮ ਹੋ ਗਿਆ, ਕੋਈ ਪ੍ਰੋਬਲਮ ਆ ਗਈ, ਕੋਈ ਉਹਨੂੰ ਟੈਕਸੀ ਨਹੀਂ ਆਈ, ਅਤੇ ਅਸੀਂ ਪੰਜਾਬ ਭਵਨ ਦਿੱਲੀ ਦੇ ਵਿੱਚ 2-3 ਕਮਰੇ ਵੀ ਪੱਕੇ NRI ਲਈ ਰੱਖਾਂਗੇ, ਉਹਨਾਂ ਦੇ ਰਹਿਣ ਦਾ ਵੀ ਸੇਵਾ ਹੋ ਜਾਏ। ਕਈ ਵਾਰ ਬੰਦਾ ਦਿੱਲੀ ਆ ਜਾਂਦਾ, ਪਤਾ ਰਹੀਏ ਕਿੱਥੇ ਜੀ, ਉਹ ਵੀ ਪ੍ਰਬੰਧ ਕਰਾਂਗੇ। 2 ਗੱਡੀਆਂ ਉੱਥੇ ਮਾਨ ਸਾਹਿਬ ਕਹਿੰਦੇ ਕਿ ਪੱਕੀਆਂ ਖਿਲਾ ਦਾਂਗੇ, ਜੇ ਕਿਸੇ ਨੂੰ ਪ੍ਰੋਬਲਮ ਆ ਜਾਏ, ਕੋਈ ਗੱਡੀ ਰਸਤੇ 'ਚ ਕਿਸੇ ਦੀ ਐਕਸੀਡੈਂਟ ਹੋ ਗਈ, ਲੈਣ ਗਿਆ ਕੋਈ ਪਹੁੰਚਿਆ ਜੀ, ਮਤਲਬ ਕੋਈ ਵੀ ਪ੍ਰੋਬਲਮ ਏਅਰਪੋਰਟ 'ਤੇ ਆ ਕੇ NRI ਨੂੰ ਆਉਂਦੀ ਆ ਉਹ ਅਸੀਂ ਹੱਲ ਕਰਿਆ ਕਰਾਂ। ਚੰਗੀ ਗੱਲ ਆ, ਇਹ ਤਾਂ ਸਮੱਸਿਆਵਾਂ ਦਾ ਹੱਲ ਹੋਏਗਾ। ਅੱਜ ਜਿਵੇਂ ਤੁਸੀਂ ਸਾਰਾ ਦਿਨ ਸਮੱਸਿਆਵਾਂ ਆਪ ਸੁਣੀਆਂ, ਕਿਹੜੇ ਇਹੋ ਜਿਹੇ ਮਾਮਲੇ ਹੈਗੇ ਨੇ ਜਿਹੜੇ ਜ਼ਿਆਦਾਤਰ ਸਾਹਮਣੇ ਆਏ, ਜਿਨ੍ਹਾਂ ਤੋਂ ਜ਼ਿਆਦਾ NRI ਪਰੇਸ਼ਾਨ ਨੇ? ਨਹੀਂ, ਜ਼ਿਆਦਾ ਜਿਹੜੇ ਪ੍ਰੋਪਰਟੀ ਦੇ ਮਾਮਲੇ, ਜ਼ਿਆਦਾ ਜਿਹੜੇ ਨਾ ਲੋਕ, ਕੁਛ ਲੋਕ ਜਿੱਦਾਂ ਖਾਸ ਤੌਰ 'ਤੇ ਇੰਗਲੈਂਡ ਵਾਲੇ, ਉਹ ਵਿਚਾਰੇ ਨਾ ਬੜਾ ਲੰਮਾ ਸਮਾਂ ਪਹਿਲਾਂ ਬਾਅਦ ਚਲੇ ਗਏ, ਉਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਨਾ ਕੋਈ ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ ਨੇ, ਸਰੀਕੇ ਬਰਾਦਰੀ ਵਾਲਿਆਂ ਨੇ, ਉਹ ਜਿਹਨੂੰ ਜ਼ਮੀਨ ਦੇ ਗਏ ਠੇਕੇ ਤੋਂ ਉਹਨੂੰ ਜ਼ਮੀਨ ਦੱਬ ਲਈ, ਜਿਹਨੂੰ ਕੋਠੀ ਦੇ ਗਏ ਉਹਨੂੰ ਕੋਠੀ ਦੱਬ ਲਈ, ਉਹ ਮੈਂ ਛਡਾਈਆਂ ਵੀ। ਕੱਲ੍ਹ ਮੈਂ ਮੋਗੇ ਗਿਆ ਸੀ, ਐਡਮਿੰਟਨ ਤੋਂ 3 ਭਰਾ ਉੱਥੇ ਆਏ, ਪਰਮਜੀਤ ਗਿੱਲ ਹੋਣੀ, ਬੁੱਗੀ ਪਤਾ ਪਿੰਡ ਹੈ, ਉਹਨਾਂ ਬੰਦਿਆਂ ਨੇ 12 ਏਕੜ ਜ਼ਮੀਨ GD ਰੋਡ ਮੋਗਾ ਦੇ ਉੱਤੇ, ਉਹਨਾਂ ਨੇ ਜ਼ਮੀਨ ਵੇਚੀ ਕਲੋਨੀਆਂ ਕੱਟਣ ਵਾਲਿਆਂ ਨੂੰ, ਉਹਨਾਂ ਨੇ ਬਿਆਨਾ ਕੀਤਾ, 3 ਕਿੱਲਿਆਂ ਦੀ ਰਜਿਸਟਰੀ ਕੀਤੀ ਉਹਨਾਂ ਨੇ ਪਹਿਲਾਂ, ਉਹਨਾਂ ਬੰਦਿਆਂ ਨੇ 3 ਕਿੱਲਿਆਂ ਦੀ ਰਜਿਸਟਰੀ ਕਰਾ ਕੇ ਅਤੇ ਵਾਲ ਉਹਨਾਂ ਨੇ 12 ਦੇ 12 ਕਿੱਲੇ ਲਏ, 4 ਚੁਫੇਰੇ ਕੰਧਾ ਕਰਕੇ ਗੇੜ ਲਾਤਾ ਉਹਨਾਂ ਨੇ। ਉਹ ਬੰਦੇ ਵਿਚਾਰੇ ਐਡਮਿੰਟਨ ਤੋਂ ਆਏ, ਵੇਖ ਕੇ ਉਹ ਕਹਿੰਦੇ ਜੀ ਇੱਥੇ ਰਜਿਸਟਰੀ 3 ਕਿੱਲਿਆਂ ਦੀ ਕੀਤੀ ਅਤੇ ਤੁਸੀਂ ਸਾਰੀ ਵਲ ਗਏ ਹੋ। ਅਤੇ ਕੱਲ੍ਹ ਫਿਰ ਮੈਂ ਮੌਕਿਆਂ 'ਤੇ DC ਸਾਹਿਬ ਨੂੰ ਨਾਲ ਲੈ ਗਿਆ, SDM ਦੂਜੇ ਅਧਿਕਾਰੀਆਂ ਨੂੰ, ਪਰ ਸਾਡਾ ਸਮਝੌਤਾ ਹੋ ਗਿਆ, ਕਲੋਨੀਆਂ ਵਾਲਿਆਂ ਨੂੰ ਸਿੱਧਾ ਸਮਝਾਇਆ ਵੀ ਦੇਖੋ ਜਾਂ ਤਾਂ ਬਈ ਇਹਨਾਂ ਨੂੰ ਪੈਸੇ ਦਿਓ, ਤੁਹਾਡਾ ਬਿਆਨਾ ਹੋਇਆ, ਉਹ ਮੰਨ ਗਏ। ਉਹਨਾਂ ਨੂੰ ਕਿਹਾ ਕਿ ਜਾਂ ਤਾਂ 21 ਤਰੀਕ ਤੱਕ ਰਜਿਸਟਰੀ ਕਰਾ ਲਓ, ਜੇ ਤੁਸੀਂ ਬਾਕੀ ਜ਼ਮੀਨ ਦੀ ਰਜਿਸਟਰੀ ਨਾ ਕੀਤੀ ਤਾਂ 22 ਤਰੀਕ ਨੂੰ ਮੈਂ ਤੁਹਾਡਾ ਤਾਲਾ ਲਵਾ ਦੇਣਾ ਜੀ। ਡੀ ਸਾਹਿਬ ਨੂੰ ਮੈਂ ਕਿਹਾ ਤਾਂ, ਮੈਂ ਕਿਹਾ ਜੀ 22 ਤਰੀਕ ਨੂੰ ਇੱਥੇ ਤਾਲਾ ਲਾ ਦਿਓ। ਮਤਲਬ ਆਹ ਕੰਮ ਥੋੜ੍ਹਾ ਕਿ NRI ਵਿਚਾਰੇ ਉਹ 5 G ਆਏ ਐਡਮਿੰਟਨ ਤੋਂ, 2-2 ਲੱਖ ਦੀ ਟਿਕਟ ਹੈ ਅੱਜ ਕੱਲ੍ਹ, ਬਹੁਤ ਟਿਕਟਾਂ ਮਹਿੰਗੀਆਂ, ਅਗਲੇ 5 G ਟਿਕਟ ਲਾ ਕੇ ਆਏ, ਜਦ ਉਹ ਬੰਦਾ ਕਦੀ ਕਹਿੰਦਾ ਮਹੀਨੇ ਨੂੰ ਰਜਿਸਟਰੀ ਕਰ ਦਿਓ, 2 ਨੂੰ ਕਰ ਲਓ, ਇੱਥੇ ਕਿਤੇ ਇੰਨਾ ਟਾਈਮ ਹੈ ਲੋਕਾਂ ਕੋਲ, ਜਦ ਉੱਥੇ ਜੋਬਾਂ ਤਾਂ ਆਉਂਦੇ ਆ, ਲੋਕ ਕੰਮਾਂ ਤਾਂ ਆਉਂਦੇ ਆ। ਸੋ ਇਸ ਕਰਕੇ ਜਿਹੜੇ ਕੋਈ ਇੱਦਾਂ ਦੇ ਪਜੀਦਾ ਕੇਸ, ਮੈਂ ਸਿੱਧਾ ਵੀ ਚੱਲ ਜਾਂਦਾ, ਆਪ ਵੀ ਚੱਲ ਜਾਂਦਾ ਵੀ ਮਤਲਬ NRI ਨੂੰ ਕੋਈ ਪ੍ਰੋਬਲਮ ਨਹੀਂ ਆਉਂਦਾ ਨਹੀਂ। ਸਾਡਾ ਮੇਨ ਮਕਸਦ CM ਸਾਹਿਬ ਦਾ ਆ ਕਿ ਕੋਈ ਵੀ NRI ਪੰਜਾਬ ਦੇ ਵਿੱਚੋਂ ਇਹ ਕਹਿ ਕੇ ਵਾਪਸ ਨਾ ਜਾਵੇ ਕਿ ਮੇਰੀ ਉੱਥੇ ਸੁਣਵਾਈ ਨਹੀਂ ਹੋਈ। ਉਹਦਾ ਹੀ ਸੁਣਵਾਈ ਕਰ ਰਹੇ, ਜਦੋਂ ਦਾ ਮੇਰੇ ਕੋਲ ਮਹਿਕਮਾ, ਪਹਿਲੇ ਦਿਨ ਤੋਂ ਹੀ 2 ਸਾਲ ਹੋ ਗਏ ਮੇਰੇ ਕੋਲ, ਜਦੋਂ ਕੋਈ NRI ਆਉਂਦਾ, ਚੰਡੀਗੜ੍ਹ ਆਉਂਦਾ, ਮੇਰੇ ਘਰ ਜਗਦੇਵ ਕਲਾਂ ਆਉਂਦਾ, ਹਰ ਬੰਦੇ ਦਾ ਮਸਲਾ ਸੁਣੀਦਾ ਤਾਂ ਹਰ ਇੱਕ ਦਾ ਹੱਲ ਕਰ। ਮੰਤਰੀ ਸਾਹਿਬ, ਇੱਕ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਹੋਊਗਾ, ਅੱਜ ਕੱਲ੍ਹ ਇੱਕ ਬੜਾ ਕੇਸ ਸਾਹਮਣੇ ਆਉਂਦੇ ਨੇ ਕਿ ਕੁੜੀ ਮੁੰਡੇ ਨੇ ਵਿਆਹ ਕਰਵਾਇਆ, ਕੁੜੀ ਨੂੰ ਪੈਸੇ ਲਾ ਕੇ ਵਿਦੇਸ਼ ਦੇ ਵਿੱਚ ਭੇਜਿਆ ਤਾਂ ਉਹਦੇ ਪੈਸੇ ਮਰ ਗਏ, ਕੁੜੀ ਨੇ ਬਾਅਦ 'ਚ ਬੁਲਾਇਆ ਨਹੀਂ, ਇਸ ਤਰ੍ਹਾਂ ਦੇ ਕੇਸ ਬੜੇ ਸਾਹਮਣੇ ਆਉਂਦੇ ਨੇ, ਇਹਨਾਂ ਨੂੰ ਲੈ ਕੇ ਕੀ ਕੁਝ ਕਰ ਰਹੇ? ਮੈਂ ਅੱਜ ਵੀ ਸਵੇਰੇ ਜਦੋਂ NRI ਪਹਿਲਾਂ ਐਡਰੈਸ ਕੀਤਾ,
ਤੇ ਮੈਂ ਫੇਸਬੁੱਕ ਤੇ ਵੀ ਕਈ ਵਾਰ ਸਾਡੇ ਕੋਲ ਬਹੁਤ ਕੇਸ ਆਉਂਦੇ ਜਿਹੜੇ ਤੁਸੀਂ ਦੱਸੇ। ਮੈਂ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਰ ਆਪਣੇ ਧੀਆਂ ਪੁੱਤਾਂ ਦੇ ਸੌਦੇ ਨਾ ਕਰੋ, ਇਹਨਾਂ ਦੇ ਵਿਆਹ ਕਰੋ। ਇਹ ਜਿਹੜੀਆਂ ਸੌਦੇਬਾਜ਼ੀਆਂ ਨਾ ਕਿ ਕੁੜੀ ਨੇ MSc ਕੀਤੀ ਹੈ, ਮੁੰਡਾ 10ਵੀਂ ਪਾਸ ਹੈ, ਉਹਨੂੰ ਕਹਿੰਦੇ ਜੀ ਪੈਸੇ ਅਸੀਂ ਲਾ ਦਿੰਦੇ 25-30 ਲੱਖ, ਸਾਡਾ ਮੁੰਡਾ ਲੈ ਜਾਓ ਜੀ। ਹੁਣ ਜਦੋਂ ਤੁਸੀਂ ਦੇਖੋ ਜਿਹੜੀ ਕੁੜੀ ਨੇ MSc ਕੀਤੀ ਉਹ 10 ਪਾਸ ਮੁੰਡੇ ਨਾਲ ਕਿੱਦਾਂ ਯਾਰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਟਾਈਮ ਪਾਸ ਕਰ ਲਓ। ਉਹ ਤਾਂ ਆਪਣੇ ਲੈਵਲ ਦਾ ਬੰਦਾ ਮੁੰਡਾ ਲੱਭੂਗੀ ਨਾ, ਉੱਥੋਂ ਪ੍ਰੋਬਲਮ ਆ ਜਾਂਦੀ ਹੈ। ਇਹ ਜਿਹੜੀਆਂ ਸੌਦੇਬਾਜ਼ੀਆਂ ਤਾਂ ਆਪਾਂ ਰਿਸ਼ਤੇ ਕਰਦੇ ਨਾ, ਐਕਚੁਅਲੀ ਪਹਿਲਾਂ ਕੀ ਲੋਕ ਟਰੈਵਲ ਏਜੰਟਾਂ ਨੂੰ ਪੈਸੇ ਦਿੰਦੇ ਸੀ, ਫਿਰ ਗਲਤ ਮਤਲਬ ਵਿਆਹ ਕਰਾਉਣ ਲੱਗ ਗਏ। ਹੁਣ ਇੱਕ ਸੌਖਾ ਕੰਮ ਲੱਭ ਲਿਆ ਕਿ ਤੁਸੀਂ ਆਪਣੀ ਕੁੜੀ ਨੂੰ ਆਈਲੈਟਸ ਕਰਾਓ ਜੀ ਜਾਂ ਮੁੰਡੇ ਨੂੰ ਕਰਾਓ, ਪੈਸੇ ਅਸੀਂ ਲਾ ਦਿੰਦੇ ਸਾਡੀ ਨਾਲ ਕੁੜੀ ਲੈ। ਇਹ ਸਰ ਕੋਈ ਵਿਆਹ ਨਹੀਂ, ਇਹ ਸੌਦੇਬਾਜ਼ੀ ਆ। ਪੰਜਾਬੀਆਂ ਨੂੰ ਮੇਰੀ ਬੇਨਤੀ ਆ, ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ, NRI ਨੂੰ, ਆਪਣੇ ਧੀਆਂ ਪੁੱਤਾਂ ਦੇ ਸੌਦੇ ਨਾ ਕਰੋ ਸਰ, ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰੋ। ਬਹੁਤ ਮਾਮਲੇ ਮੈਂ ਹੱਲ ਕੀਤੇ ਆ, ਕਰਦੇ ਅਸੀਂ ਜਦੋਂ ਆਉਂਦੇ ਆ ਹੱਲ ਕਰੀਦੇ, ਪਰ ਬੜਾ ਔਖਾ ਕੰਮ ਹੈ। ਸੋ ਆਪਾਂ ਨੂੰ ਸੌਦੇਬਾਜ਼ੀ ਨਹੀਂ ਕਰਨੀ ਚਾਹੀਦੀ। ਆਖਰੀ ਸਵਾਲ ਇੱਕ ਸਿਆਸਤ ਨਾਲ ਜੁੜਿਆ ਹੋਇਆ ਲੈ ਲੈਂਦੇ ਹਾਂ। ਖਬਰਾਂ ਲੱਗੀਆਂ ਨੇ ਕਹਿੰਦੇ ਕਿ ਅਕਾਲੀ ਦਲ ਅਤੇ BJP 9 ਮਾਸ ਦਾ ਰਿਸ਼ਤਾ ਦੁਬਾਰਾ ਤੋਂ ਜੁੜਨਾ ਸ਼ੁਰੂ ਹੋ ਰਿਹਾ, ਕਿਵੇਂ ਦੇਖਦੇ ਹੋ? ਜੇਕਰ ਇਕੱਠੇ ਹੁੰਦੇ ਨੇ ਤਾਂ ਕੰਪੀਟੀਸ਼ਨ ਹੋਏਗਾ? ਸਰ ਇਕੱਠੇ ਹੋ ਜਾਣ, ਵੱਖ ਹੋ ਜਾਣ। ਉਹ ਕਿਸਾਨ ਤੇ ਦਿੱਲੀ ਚੱਲ ਚੱਲੇ ਆ, ਆ BJP ਪੰਜਾਬ 'ਚ ਆਜੂਗੀ? BJP ਆਊ ਪੰਜਾਬ 'ਚ? ਦੱਸਿਓ ਜਰਾ, ਸੁਨੀਲ ਜਾਖੜ ਕਿਹੜੇ ਮੂੰਹ ਨਾਲ ਆਊ ਜੀ? 750 ਕਿਸਾਨ ਸ਼ਹੀਦ ਹੋਇਆ, ਕੱਲ੍ਹ 3 ਕੇਂਦਰੀ ਮੰਤਰੀਆਂ ਨੇ ਮਾਨਸਾ ਨੇ ਮੀਟਿੰਗ ਕਰਾਈ ਹੈ ਕਿਸਾਨਾਂ ਦੀ। ਸਰ ਪੰਜਾਬ ਦਾ ਕਿਸਾਨ ਤਾਂ BJP ਨੂੰ ਵੇਖਣਾ ਨਹੀਂ ਚਾਹੁੰਦਾ, ਸਮਝਦੇ ਕਿ ਗੱਲ, ਮਤਲਬ ਨਾ ਸੁਖਬੀਰ ਨੂੰ ਵੇਖਣਾ ਚਾਹੁੰਦਾ। ਸਾਡੇ ਵੱਲੋਂ ਇਕੱਠੇ ਹੋ ਜਾਣ, ਸਾਡੇ ਵੱਲੋਂ ਅੱਡ ਹੋ ਜਾਣ, ਸਰ 13 ਦੀਆਂ 13 ਜਿੱਤਾਂਗੇ, ਭਾਵੇਂ ਜੋ ਮਰਜ਼ੀ ਹੋ ਜਾਵੇ, ਮਾਨ ਸਾਹਿਬ ਅਤੇ ਕੇਜਰੀਵਾਲ ਸਾਹਿਬ ਦੀ ਅਗਵਾਈ 'ਚ। ਸਾਡੀ ਸਿਹਤ 'ਤੇ ਕੋਈ ਫਰਕ ਨਹੀਂ ਜੀ, ਇਹ 22 ਵਰਖੇ ਆਪਾਂ ਕਈ ਇਹਦਾ ਵਰਖੇ ਯਾਰ, ਸਮਝਦੇ ਕਿ ਗੱਲ। ਜਿਹੜਾ ਜਾਖੜ ਕਾਂਗਰਸ ਨਹੀਂ ਜਿਤਾ ਸਕਿਆ, ਜਿਹੜਾ ਕੈਪਟਨ ਕਾਂਗਰਸ ਨਹੀਂ ਜਿਤਾ ਸਕਿਆ, ਇਹ ਯਾਰ ਹੁਣ BJP ਨੂੰ ਕਿੱਥੋਂ ਜਿਤਾਉਣਗੇ? ਤੁਸੀਂ ਦੱਸੋ ਹਰੇ ਹੀ, ਇਹ ਤਾਂ ਉਹ ਮਾਲ ਸੀ ਜਿਹੜਾ ਚੱਲੇ ਕਾਰਤੂਸ ਸੀਗੇ, ਇਹ ਚੱਲੇ ਕਾਰਤੂਸ। ਜੇ ਕਾਂਗਰਸ 'ਚ ਨਹੀਂ ਚੱਲੇ ਤਾਂ BJP 'ਚ ਇਹਨਾਂ ਨੇ ਕੀ ਚੱਲਣਾ? ਕੁਛ ਸਰ ਕੋਈ ਚੱਕਰ ਨਹੀਂ, ਕੋਈ ਵਕਤ ਨਹੀਂ ਗਾ, ਸੇ ਇਹ ਇਕੱਠੇ ਹੋਣ ਨਾ ਹੋਣ, ਆਮ ਆਦਮੀ ਪਾਰਟੀ ਜਿਹੜੇ ਕੰਮ ਕਰ ਰਹੀ ਹੈ, ਜੋ ਕੁਛ CM ਸਾਹਿਬ ਨੇ ਕੀਤਾ ਹੁਣ ਤੱਕ, ਸਰ 13 ਦੀਆਂ 13 ਜਿੱਤ ਕੇ ਦਿਖਾਵਾਂਗੇ, ਤੁਸੀਂ ਦੇਖਿਓ ਕੀ ਬਣਦਾ। ਠੀਕ ਹੈ ਧਾਲੀਵਾਲ ਸਾਹਿਬ, ਧੰਨਵਾਦ। ਤਾਂ ਇਹ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੀਗੇ ਜਿਹੜੇ ਅੱਜ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਸੀਗੇ, ਤਾਂ NRI ਮਿਲਣੀ ਰੱਖੀ ਗਈ ਸੀਗੀ ਜਿੱਥੇ ਵੱਡੀ ਗਿਣਤੀ ਦੇ ਵਿੱਚ NRI ਪਹੁੰਚੇ ਹੋਏ ਸੀਗੇ, ਤਾਂ ਕਈਆਂ ਦੇ ਮਸਲੇ ਇਹਨਾਂ ਦੇ ਵੱਲੋਂ ਤੁਰੰਤ ਹੱਲ ਕੀਤੇ ਗਏ ਨੇ, ਔਰ ਕਿਹਾ ਗਿਆ ਕਿ ਭਵਿੱਖ ਦੇ ਵਿੱਚ NRI ਨੂੰ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਆਉਂਦੀਆਂਗੇ। ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ TV, ਨਵਾਂ ਸ਼ਹਿਰ।